ਪਰਧਾਨ ਮੰਤਰੀ ਨਰਿੰਦਰ ਮੋਦੀ ਵਿਕਾਸ ਪਰ ਸੰਕਲਪ ਯਾਤਰਾ ਦੇ ਲਾਭਪਾਤਰੀਆਂ ਨਾਲ ਕੱਲ ਵਰਚੁਅਲ ਗੱਲਬਾਤ ਕਰਨਗੇ ਦੇਸ਼ ਦੇ ਹਜ਼ਾਰਾਂ ਲਾਭਪਾਤਰੀ 2000 ਵਿਕਾਸ ਪਰ ਸੰਕਲਪ ਯਾਤਰਾਵਾਨ ਹਜ਼ਾਰਾਂ ਦੀ ਗਿਣਤੀ ਵਿੱਚ ਖੇਤੀ ਵਿਗਿਆਨ ਕੇਂਦਰ ਤੇ ਸਧਾਰਨ ਸੇਵਾ ਕੇਂਦਰ ਇਸ ਪ੍ਰੋਗਰਾਮ ਵਿੱਚ ਵਰਚੁਅਲ ਤੌਰ ਤੇ ਜੁੜਨਗੇ ਇਹਨਾਂ ਵਿੱਚ ਕੇਂਦਰੀ ਮੰਤਰੀ ਸੰਸਦ ਵਿਧਾਇਕ ਤੇ ਸਥਾਨਕ ਪੱਧਰ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ ਵਿਕਾਸ ਪਰ ਸੰਕਲਪ ਯਾਤਰਾ ਦੇਸ਼ ਪਾਰ ਵਿੱਚ ਚਲਾਈ ਜਾ ਰਹੀ ਹੈ ਤੇ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਨਮਾ ਦਾ ਫਾਇਦਾ ਸਾਰੇ ਹੀ ਲਾਪਾਤਰੀਆਂ ਨੂੰ ਸਮਾਵਨ ਟੰਗ ਦੇ ਨਾਲ ਮਿਲੇ